ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਸਭ ਦਾ ਅੱਜ ਦੀਆਂ ਖਬਰਾਂ ਦੇ ਐਪੀਸੋਡ ਦੇ ਵਿੱਚ। ਆਓ ਪੰਜਾਬ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਅਤੇ ਧਮਾਕੇਦਾਰ ਖਬਰ ਬਾਰੇ ਗੱਲ ਕਰਦੇ ਹਾਂ। ਭਗਵੰਤ ਮਾਨ ਨੇ ਅੱਜ ਨਵੇਂ ਸਾਲ ਤੇ ਲੋਕਾਂ ਦੇ ਲਈ ਬਹੁਤ ਵੱਡਾ ਐਲਾਨ ਕਰ ਦਿੱਤਾ, ਜਿਸ ਦੇ ਨਾਲ ਪੰਜਾਬ ਵਾਸੀਆਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਅੱਜ ਨਵੇਂ ਸਾਲ ਦਾ ਦਿਨ ਚੜ੍ਹਦੇ ਹੀ ਭਗਵੰਤ ਮਾਨ ਨੇ ਆਪਣੇ ਮੰਤਰੀਆਂ ਦੇ ਨਾਲ ਇੱਕ ਸੀਕ੍ਰੈਟ ਮੀਟਿੰਗ ਕੀਤੀ, ਜਿਸ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਲਈ, ਪੰਜਾਬ ਦੀਆਂ ਔਰਤਾਂ ਦੇ ਲਈ ਕੁਝ ਅਹਿਮ ਫੈਸਲੇ ਲਏ ਗਏ, ਜਿਸ ਦੇ ਨਾਲ ਭਗਵੰਤ ਮਾਨ ਨੇ ਪੰਜਾਬ ਦੀਆਂ ਔਰਤਾਂ ਦੇ ਚਿਹਰੇ ਤੇ ਖੁਸ਼ੀ ਲਿਆ ਦਿੱਤੀ ਹੈ। ਉਹ ਲੋਕ ਜੋ ਗਰੀਬ ਵਰਗ ਦੇ ਹੇਠਾਂ ਆਉਂਦੇ ਹਨ, ਉਹਨਾਂ ਦੇ ਲਈ ਭਗਵੰਤ ਮਾਨ ਨੇ ਇੱਕ ਨਵੀਂ ਸਕੀਮ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ, ਉਹਨਾਂ ਦੇ ਲਈ ਇੱਕ ਨਵਾਂ ਫੈਸਲਾ ਕੀਤਾ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਭਗਵੰਤ ਮਾਨ ਜਲਦੀ ਹੀ ਪੰਜਾਬ ਦੀਆਂ ਔਰਤਾਂ ਦੇ ਲਈ ਜੋ ਗਰੀਬ ਵਰਗ ਦੇ ਹੇਠਾਂ ਆਉਂਦੀਆਂ ਹਨ, ਉਹਨਾਂ ਦੇ ਅਕਾਊਂਟ ਦੇ ਵਿੱਚ 1,000 ਰੁਪਇਆ ਪ੍ਰਤੀ ਮਹੀਨਾ ਭੱਤਾ ਪਾਉਣ ਦੀ ਤਿਆਰੀ ਕਰ ਰਹੇ ਨੇ। ਪੰਜਾਬ ਦਾ ਹਰ ਉਹ ਪਰਿਵਾਰ ਜੋ ਗਰੀਬੀ ਵਰਗ ਰੇਖਾ ਦੇ ਹੇਠਾਂ ਆਉਂਦਾ ਹੋਵੇਗਾ, ਉਸ ਪਰਿਵਾਰ ਦੀ ਮੇਨ ਔਰਤ ਦੇ ਅਕਾਊਂਟ ਦੇ ਵਿੱਚ ਹਰ ਮਹੀਨੇ 1,000 ਰੁਪਇਆ ਪੰਜਾਬ ਸਰਕਾਰ ਦੇ ਵੱਲੋਂ ਪਾਉਣ ਦੇ ਖਦਸੇ ਕੀਤੇ ਜਾ ਰਹੇ ਹਨ। ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਭਗਵੰਤ ਮਾਨ ਨੇ ਅਜੇ ਕੋਈ ਵੀ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਕੀਤੀ, ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜਲਦੀ ਹੀ ਭਗਵੰਤ ਮਾਨ ਇਸ ਗੱਲ ਦੀ ਅਨਾਉਂਸਮੈਂਟ ਕਰ ਦੇਣਗੇ ਕਿ ਔਰਤਾਂ ਦੇ ਖਾਤੇ ਦੇ ਵਿੱਚ 1,000 ਰੁਪਏ ਮਹੀਨਾ ਭੱਤਾ ਪਾਇਆ ਜਾਵੇਗਾ, ਤਾਂ ਕਿ ਘਰ ਦਾ ਖਰਚ ਚਲਾਇਆ ਜਾ ਸਕੇ। ਇਸ ਫੈਸਲੇ ਦੇ ਪਿੱਛੇ ਭਗਵੰਤ ਮਾਨ ਦਾ ਇੱਕ ਹੀ ਕਾਰਨ ਹੈ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਦੀਆਂ ਔਰਤਾਂ ਆਪਣੇ ਪੈਰਾਂ ਤੇ ਸਟੈਂਡ ਹੋ ਸਕਣ ਤੇ ਉਹਨਾਂ ਨੂੰ ਪੰਜਾਬ ਵਿੱਚ ਰਹਿੰਦਿਆਂ ਹਰ ਮਹੀਨੇ ਪੰਜਾਬ ਸਰਕਾਰ ਤੋਂ ਭੱਤਾ ਮਿਲ ਸਕੇ, ਤਾਂ ਕਿ ਉਹ ਆਪਣੇ ਖਰਚੇ ਪੂਰੇ ਕਰ ਸਕਣ। ਮੀਟਿੰਗ ਦੇ ਵਿੱਚ ਲਏ ਗਏ ਫੈਸਲੇ ਨੂੰ ਸ਼ਾਇਦ ਭਗਵੰਤ ਮਾਨ ਜਲਦੀ ਹੀ ਜਨਤਕ ਕਰ ਦੇਣਗੇ ਅਤੇ ਇੱਕ ਲਾਈਵ ਪ੍ਰੈਸ ਕਾਨਫਰੰਸ ਦੇ ਦੌਰਾਨ ਇਸ ਸਾਰੇ ਫੈਸਲੇ ਨੂੰ ਲਾਈਵ ਦੱਸ ਦੇਣਗੇ, ਕਿਉਂਕਿ ਇਹ ਫੈਸਲਾ ਬਹੁਤ ਵੱਡਾ। ਜੇਕਰ ਇਹ ਫੈਸਲਾ ਅਮਲ ਦੇ ਵਿੱਚ ਲਿਆਂਦਾ ਜਾਂਦਾ ਤਾਂ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀਆਂ ਔਰਤਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਵੇਗਾ ਅਤੇ ਭਗਵੰਤ ਮਾਨ ਨੂੰ ਇਸ ਗੱਲ ਦਾ ਫਾਇਦਾ ਆਉਣ ਵਾਲੀ ਚੋਣਾਂ ਦੇ ਵਿੱਚ ਵੀ ਮਿਲ ਸਕਦਾ ਹੈ। ਇਸੇ ਪੰਜਾਬ ਦੀ ਵੱਡੀ ਖਬਰ, ਜਿਸ ਨਾਲ ਤੁਹਾਨੂੰ ਜਾਣੂ ਕਰਵਾਏਗਾ। ਹੋਰ ਖਬਰਾਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਦੇਣਾ। ਧੰਨਵਾਦ ਜੀ। ਹੋਰ ਖਬਰਾਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਦੇਣਾ। ਧੰਨਵਾਦ ਜੀ।